ਅੱਗੇ ਸਵਾਰੀ ਚੱਜ ਚਾਹੀਂ ਕੋਲੇ ਅਸਾਂ ਕਿਉਂ ਅੱਟਾ ਘੇਨਾ ਸਵੇਰੇ ਵਾਪੀ ਵਾਹ ਕਿ ਤੂੰ ਵਸਤੀ ਪਈ ਵੱਡੀ ਹਾਲ ਆਈ ਵੀ ਕਿਆ ਨੀ ਘਰ ਅਸਾਂ ਕਿ ਘੇਨਾ ਹੁਣ ਅੰਧਾਰ ਮਤ ਆਂਧੀ ਕਹਿੰਜੂ ਆ ਵੰਨੇ ਬਈ ਮੀਂਹ ਝੜੂ ਤੂੰ ਬਣ ਚੁੱਕੇ ਇਹ ਮੈਂ ਭਾਜੀ ਪਕਾ ਖੜਾ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਮੇਰੇ ਪਿਆਰੇ ਭੈਣ ਭਾਈਓ ਮੈਂ ਵੀ ਠੀਕ ਹੂੰ ਅੱਲਾਹ ਤਾਲਾ ਸੇ ਫਜ਼ਲ ਕਰਮ ਸੇ ਆਪ ਵੀ ਠੀਕ ਹੋਂਗੇ ਇਸ ਦੁਆ ਕੇ ਸਾਥ ਅੱਜ ਜੋ ਹੈ ਵੀਡੀਓ ਮੈਂ ਆਪਕੋ ਬਣਾ ਕੇ ਦਿਖਾਤਾ ਹੂੰ ਮੌਸਮ ਜੋ ਹੈ ਕਿ ਬਿਲਕੁਲ ਜੋ ਹੈ ਝੜ ਵਾਲਾ ਬਣ ਗਿਆ ਹੈ ਇਵੇਂ ਪਤਾ ਲੱਗਦਾ ਹੈ ਜੋ ਬਈ ਇਹ ਅਭੀ ਅੰਧਾਰੀ ਆਉਂਦੀ ਹੈ ਹੁਣੇ ਤੋ ਅੰਧਾਰੀ ਵੀ ਬਣ ਗਈ ਹੈ ਅਤੇ ਝੜ ਵੀ ਫੁੱਲ ਬਣ ਗਿਆ ਹੈ ਮਾਸ਼ਾਅੱਲਾ ਗਰਮੀ ਵੀ ਬਹੁਤ ਸੀ ਅੱਜ ਅਤੇ ਜਿਸ ਦਿਨ ਜਿਹੜੇ ਦਿਨ ਗਰਮੀ ਹੋਵੇ ਨਾ ਸੁਬਹਾ ਬਹੁਤ ਗਰਮੀ ਸੀ ਤਾਂ ਜਿਸ ਦਿਨ ਗਰਮੀ ਹੋਵੇ ਉਸ ਦਿਨ ਝੜ ਆ ਜਾਂਦਾ ਹੈ ਝੜ ਦਸੀ ਖੜੇ ਸੀ ਮਾਸ਼ਾਅੱਲਾ ਅੱਲਾ ਕੀਤਾ ਦੁਆ ਮੰਗਦੇ ਨੇ ਅੱਲਾ ਸੀ ਰਹਿਮਤ ਦੀ ਬਾਰਿਸ਼ ਦੇ ਦੇਵੇ ਇਸ ਰੱਖੇ ਅੱਜ ਜੋ ਹੈ ਬਹੁਤ ਸੁਬਹਾ ਗਰਮੀ ਸੀ ਤਾਂ ਮਾਸ਼ਾਅੱਲਾ ਹੁਣ ਕੁਛ ਠੰਡੀ ਹਵਾ ਵੀ ਆਉਂਦੀ ਪਈ ਹੈ ਤੋ ਅੱਜ ਚੰਦ ਦੇ ਹੀ ਰਹਿਣਾ ਅੱਜ ਤਿੰਨ ਹੋ ਗਈ ਤੀਸਰਾ ਹੋ ਗਿਆ ਤੀਸਰਾ ਤੀਸਰੇ ਦਿਨ ਕਾ ਹੋ ਠਹਿਰੀ ਜਾਵੇ ਦੁਆ ਮੰਗੀਏ ਅੱਲਾ ਤਾਲਾ ਸੇ ਬਾਰਿਸ਼ ਮੰਗਦੇ ਪਏ ਹੈ ਅੱਲਾ ਤਾਲਾ ਬਾਰਿਸ਼ ਦੇ ਦੇਵੇ ਤੋ ਧਰਤੀ ਜੋ ਹੈ ਬਹੁਤ ਸੜੀ ਪਈ ਹੈ ਥੱਲੇ ਲੋ ਇਤਨੀ ਤੱਤੀ ਹੁੰਦੀ ਹੈ ਲੋ ਬੜੀ ਲੋ ਹੁੰਦੀ ਹੈ ਗਰਮੀ ਜੋ ਸੀ ਸੁਬਹਾ ਹੀ ਬੜੀ ਤੱਤੀ ਤੱਤੀ ਲੋ ਸੀ ਤੋ ਹੁਣ ਜੋ ਹੈ ਨਾ ਮੌਸਮ ਠਰ ਗਿਆ ਹੈ ਅੱਲਾ ਤਾਲਾ ਆਪਕੋ ਖੁਸ਼ ਰੱਖੇ ਜਾਣੇ ਮਦੀਨੇ ਵਾਲਾ ਜੋ ਹੈ ਅੱਜ ਅਸੀਂ ਵੀ ਕੋਈ ਸੋਚਦੇ ਪਏ ਹਾਂ ਮੇਰੇ ਪਿਆਰੇ ਭੈਣ ਭਾਈਓ ਬੇਗਮ ਜੋ ਹੈ ਅੱਜ ਕੱਦੂ ਕੀ ਭਾਜੀ ਬਣਾ ਰਹੀ ਹੈ ਕੱਦੂ ਜੋ ਹੈ ਪਕਾ ਦਿੱਤਾ ਹੈ ਮਾਸ਼ਾਅੱਲਾ ਬੇਟੀ ਜੋ ਹੈ ਉੱਧਰ ਆਟਾ ਲੈਣੇ ਗਈ ਅੱਜ ਆਟਾ ਨਹੀਂ ਮੈਂ ਪਿਸਾ ਸਕਿਆ ਮੈਂ ਕਿਹਾ ਆਟਾ ਲੈ ਆਓ ਅਤੇ ਫਿਰ ਰੋਟੀ ਪਕਾਵਾਂਗੇ ਤੋ ਅੱਲਾ ਤਾਲਾ ਆਪਕੋ ਖੁਸ਼ ਰੱਖੇ ਜੋ ਹੈ ਮੇਰੇ ਪਿਆਰੇ ਭੈਣ ਭਾਈਓ ਤੁਸੀਂ ਮੇਰਾ ਚੈਨਲ ਦੇਖਦੇ ਪਿਓ ਅੱਲਾ ਤਾਲਾ ਤੁਹਾਨੂੰ ਖੁਸ਼ ਰੱਖੇ ਥੋੜ੍ਹੀ ਥੋੜ੍ਹੀ ਮੇਰੀ ਹੈਲਪ ਕਰ ਸੋ ਮਦਦ ਕਰ ਸੋ ਮੇਰੇ ਭਤਰੀਜੇ ਮੇਰੇ ਭੈਣੀ ਮੇਰੇ ਭਾਈ ਦੇਖਦੇ ਪਏ ਨੇ ਮੈਂ ਈਦ ਆ ਗਈ ਅੱਜ ਤੀਸਰਾ ਦਿਨ ਚੰਦਰ ਹੋ ਗਿਆ ਹੈ ਤਾਂ ਬਾਕੀ ਸੱਤ ਦਿਨ ਰਹਿ ਗਏ ਸੱਤ ਅੱਠ ਦਿਨ ਰਹਿ ਗਏ ਤਾਂ ਸਾਡਾ ਜੋ ਹੈ ਈਦ ਦਾ ਕੋਈ ਖਰਚਾ ਨਹੀਂ ਹੈਗਾ ਕੋਈ ਚੀਜ਼ ਨਹੀਂ ਹੈਗੀ ਚਲੋ ਥੋੜ੍ਹੀ ਥੋੜ੍ਹੀ ਤੁਸੀਂ ਰਲ ਕੇ ਸਾਡੀ ਮਦਦ ਕਰ ਸੋ ਮੈਂ ਤੁਹਾਡੇ ਵਾਸਤੇ ਬਹੁਤ ਦੁਆ ਮੰਗੂੰਗਾ ਮੈਂ ਗਰੀਬ ਬੰਦਾ ਹਾਂ ਗਰਮੀ ਹੈ ਮੈਂ ਕਿੱਥੇ ਜਾ ਨਹੀਂ ਸਕਦਾ ਨਾ ਮਜ਼ਦੂਰੀ ਕਰ ਸਕਦਾ ਹਾਂ ਕਿੱਥੇ ਹੁਣ ਜੋ ਇਤਨੀ ਗਰਮੀ ਹੁੰਦੀ ਹੈ ਬੰਦਾ ਕਿਆ ਕਰੇ ਬੁੜੜਾ ਬੰਦਾ ਹਾਂ ਬੇਗਮ ਸਾਹਿਬਾ ਜੋ ਕਹਿੰਦੀ ਹੈ ਉਹ ਕਹਿੰਦੀ ਹੈ ਜੋ ਸਾਡੀ ਈਦ ਦੀ ਕੋਈ ਕੋਈ ਚੀਜ਼ ਨਹੀਂ ਹੈਗੀ ਅਸੀਂ ਕੋਈ ਈਦ ਮਨਾ ਲਵਾਂਗੇ ਕੁਛ ਅੱਜ ਵੀ ਡਵੇਟਾ ਕੋ ਬੜਾ ਦੇਵੀ ਜੀ ਕਹਿੰਦੇ ਪਏ ਜੈਸਾ ਏਦਾਂ ਝੜ ਉੱਤੋਂ ਬੜ ਚੁੱਕੇ ਅਸਾਂ ਵੱਲ ਅੱਜ ਅਸਾਂ ਕੱਦੂ ਲੈਣਾ ਹੈ ਇਹ ਕੱਦੂ ਅਸਾਂ ਪਕਾ ਦਿੱਤੇ ਅਸਾਂ ਕਿ ਕੱਦੂ ਪਕਾ ਕੇ ਬੇਟੀ ਮੇਰੀ ਗਈ ਵੱਡੀ ਵਸਤੀ ਅਸਾਂ ਅੱਜ ਆਟਾ ਪਵਾ ਕੇ ਅਸੀਂ ਸੱਗੇ ਸਵਾਰੀ ਚੱਜ ਚਾਹੀਂ ਕੋਲੇ ਅਸਾਂ ਕਿ ਹੁਣ ਆਟਾ ਘੇਨਾ ਸਵੇਰੇ ਵਾਪੀ ਵਾਹ ਕੇ ਤੂੰ ਵਸਤੀ ਗਈ ਵੱਡੀ ਹਾਲ ਆਈ ਵੀ ਕਿਆ ਨੀ ਘਰ ਅਸਾਂ ਕਿ ਘੇਨਾ ਹੁਣ ਅੰਧਾਰ ਮਤ ਆਂਧੀ ਕਹਿੰਜੂ ਆ ਵੰਨੇ ਬਈ ਮੀਂਹ ਝੜ ਉੱਤੋਂ ਬਣ ਚੁੱਕੇ ਇਹ ਮੈਂ ਭਾਜੀ ਪਕਾ ਖੜਾ ਮੈਂ ਉਹ ਆਵੇ ਸੀ ਬਸ ਆਟਾ ਮਲੇਸੂ ਚਾਹ ਰੋਟੀ ਪਕਾ ਗਿਣਸੂ ਅੱਲਾ ਦਾ ਸ਼ੁਕਰ ਦਾ ਅਲਹਮਦੁਲਿਲਾ ਜਿਹੜਾ ਕੁਝ ਉਹ ਵੀ ਤੱਕ ਬੜਾ ਦੇ ਜੀ ਕਹਿੰਦੇ ਆ ਦੇ ਬਸ ਮਜਬੂਰੀ ਹੈ ਸਾ ਚਲੋ ਈਦ ਆ ਗਈ ਉੱਤੋਂ ਚਲੋ ਅਸਾਂ ਕਿ ਸਾਡੇ ਭੈਣ ਵੀ ਕੋਈ ਭਾਈ ਵੀ ਕੋਈ ਸਾਡਾ ਧੀਆਂ ਪੁੱਤ ਜਿਹੜੇ ਹੋ ਸਨ
ਦੇ ਪਿਓ ਸਨ ਸਾਡੀ ਵੀਡੋ, ਸਾਡੀ ਵੀਡੋ ਕੋਈ ਸ਼ੱਕ ਰਹਿ ਵੀ ਕਰਾਏ, ਲਾਇਕ ਵੀ ਕਰਾਏ, ਸ਼ੇਅਰ ਵੀ ਕਰਾਏ, ਸਪੋਰਟ ਲਾਜ਼ਮੰਦ ਕਰਾਏ। ਈਦ ਚੰਦ ਜੀ ਸਾ ਤਰੇ ਦਿਨ ਥੀ ਗਏ ਸਮਝੋ, ਅੱਜ ਤਰੇ ਦਿਨ ਮੁੱਕ ਗਏ, ਬਾਕੀ 7-8 ਦਿਨ ਰਹਿ ਗਏ। ਹੁਣ ਮੇਰੀ ਬੇਟੀ ਵੀ ਹੈ, ਮੈਂ ਹਾਂ, ਮੇਰਾ ਘਰ ਦਾ ਬੰਦਾ ਵੀ ਹੈ, ਅਸਾਂ ਤਾਂ ਸੋਚੇ ਦੇ ਬੈਠੇ ਹਾਂ। ਹੁਣ ਸ਼ਹਿਰ ਤਾਂ ਮਹਿੰਗਾਈ ਇਤਨੀ ਹੈ ਜੋ ਡਾਢੀ ਕੋਈ ਚੀਜ਼ ਗਿਣ ਨਹੀਂ ਸਕਦਾ। ਅਸਾਂਖੇ ਸ਼ਹਿਰ ਹੀ ਵਞੂੰ ਤਾਂ ਬਈ ਸਾਡੇ ਭੈਣ ਭੀਰਾ ਕੋਈ ਦੇ ਪਏ ਸਨ, ਕੋਈ ਥੋੜ੍ਹੀ ਥੋੜ੍ਹੀ ਸਾਡੀ ਹੈਲਪ ਕਰੇ ਸਨ ਚਾਹਦਾ। ਅਸਾਂ ਸ਼ਹਿਰ ਵੈਸੇ ਚਲੋ ਕੁਝ ਨਾ ਕੁਝ ਤਾਂ ਗਿਣ ਵੀ ਆਸੂ, ਚਲੋ ਬੇਟੀਆਂ ਤੀ ਅੰਮਾ ਮੇ ਕੋ ਕੱਪੜੇ ਈਦ ਦੇ ਉਹਨਾਂ ਵੀ ਗਿਣ ਗਿਦਨ ਵਸਤੀ ਵਾਲੇ ਮੈਂ। ਅਸਾਂਖੇ ਸਾਡਾ ਕੋਈ ਭੈਣ ਹੀ ਦੇਦਾ ਪੈਣ, ਭੀਰਾ ਵੀ ਦੇਦੇ ਪੈਣ, ਅੱਲਾ ਦਾ ਸ਼ੁਕਰ ਹੈ ਜਰਾ ਕੋਈ ਸਾਕੂ ਦੇਦੇ ਸਨ, ਸਾਡੀ ਕੋਈ ਹੈਲਪ ਕਰਦੇ ਸਨ। ਅਸਾਂ ਤੇ ਕੋਈ ਕੱਪੜੇ ਵੀ ਗਿੰਦੇ ਸੂ, ਜੁੱਤਿਆਂ ਵੀ ਕੋਈ ਸ਼ੋਪਿੰਗ, ਚਲੋ ਕਰ ਆਸੂ ਵਨ ਤੇ ਚਲੋ ਸ਼ਹਿਰ ਵਿੱਚ। ਬਸ ਗਰਮੀ ਇਤਨੀ ਹੈ ਜੋ ਇਤਨੀ ਗਰਮੀ ਬਾਹਰ ਨਿਕਲਾ ਹੀ ਨਹੀਂ ਵੈਂਦਾ ਤੇ ਬਸ ਉਹ ਆਦਿਆ ਚਲੋ ਈਦ ਦਾ ਬਈ ਖੁਸ਼ੀ ਹੈ, ਚੋਰੀ ਆ ਦਿਨ ਚੂਹੇਰਾ ਦੀ ਈਦ ਦੀ ਖੁਸ਼ੀ ਹੈ। ਸਾਡਾ ਭਾਈ ਹੋਵਿਆ ਤੇ ਵੱਲਦਾ ਚਲੋ ਅਸਾਂ ਬਈ ਈਦ ਤੇ ਕਈ ਸ਼ੋਪਿੰਗ ਕਰੂੰਗਾ। ਅਸਾਂਖੇ ਸਾਡੇ ਭੈਣ ਭਾਈ ਦੇਦੇ ਪੈਣ, ਵੱਲ ਵੀ ਸਾਡੀ ਅੱਲਾ ਕਰੇ ਸੀਧਾ ਜਰਾ ਨਾ ਅੱਗੇ ਵੀ ਸਾਡੀ ਕੋਈ ਕੀਤੀ ਨੇ, ਜਿਹੜਾ ਸਾਡੀ ਸਿਸਟਾ ਸਾਡੀ ਕੀਤੀ ਸੀ, ਅਸਾਂ ਉਹਦੇ ਵਾਸਤੇ ਡਾਢੀ ਦੁਆ ਕਰੇ ਸੂ। ਸ਼ੁਕਰ ਦੇ ਅਲਹਮਦ, ਅਸਾਂ ਦਾਣੇ ਵੀ ਗਿੱਧੇ ਸੀ, ਇੱਟਾਂ ਵੀ ਚਵਾ ਗਿੱਧੇ ਸੀ, ਮੋਨੀ ਵੀ ਗਿੱਧੇ ਸੀ, ਚਲੋ ਉਹਦੇ ਵਾਸਤੇ ਤਾਂ ਡਾਢੀ ਦੁਆ ਕਰਨ ਦੇ ਪਏ। ਬੇਈ ਭੈਣ ਬਈ ਸਾਡੀ ਕਰੇ ਸਨ ਚਾਹਦਾ, ਅਸਾਂ ਸਪੋਰਟ ਕੋਈ ਵੀ ਕਰੇ ਸੀ ਚਾਹ, ਉਹਨਾਂ ਵਾਸਤੇ ਵੀ ਡਾਢੀ ਦੁਆ ਕਰੇ ਸੂ। ਚਲੋ ਈਦ ਦਾ ਮੌਕਾ ਹੁਣ ਆ ਗਏ। ਪਿਆਰੇ ਭੈਣ ਭਾਈਓ, ਅੱਲਾ ਤਾਲਾ ਆਪਕੋ ਖੁਸ਼ ਰੱਖੇ। ਅੱਜ ਜੋ ਹੈ ਸਾਲਨ ਤੋਂ ਬੇਗਮ ਸਾਹਿਬਾਂ ਨੇ ਬਣਾ ਲਿਆ, ਤੋ ਬੇਟੀ ਗਈ ਹੋਈ ਹੈ ਬਸਤੀ ਵਿੱਚ, ਉਹਨਾਂ ਆਟਾ ਲੈਣ, ਆਟਾ ਜੋ ਹੈ ਮੈਂ ਅੱਜ ਪਿਸਾ ਨਹੀਂ ਸਕਿਆ ਕਿਉਂਕਿ ਮੇਰਾ ਹੈਗਾ ਸੀ ਸਾਈਕਲ, ਸਾਈਕਲ ਮੇਰਾ ਹੋਇਆ ਖੜਾ ਸੀ ਪੈਂਚਰ, ਮੈਂ ਗਰਮੀ ਸੀ ਮੈਂ ਜਾ ਹੀ ਨਹੀਂ ਸਕਦਾ ਸੀ। ਬੇਗਮ ਸਾਹਿਬਾਂ ਨੇ ਦਾਣੇ ਵੀ ਸੁਥਰੇ ਕੀਤੇ ਨੇ, ਮੈਨੂੰ ਕਿਹਾ ਵੀ ਤੂੰ ਜਾ ਆਟਾ ਪਿਸਾ ਕੇ ਲਿਆ। ਮੈਂ ਕਿਹਾ ਬੇਗਮ ਸਾਹਿਬਾ ਮੈਂ ਕਾਲੇ ਨੂੰ ਲੈ ਜਾਵਾਂਗਾ, ਕਿਆ ਕਰੂੰ, ਸਵਾਰੀ ਹੈ ਨਹੀਂ, ਚੰਗਾ ਭਲਾ ਸਫ਼ਰ ਹੁੰਦਾ ਹੈ, ਜਾਣਾ ਪਾਉਂਦਾ ਹੈ, ਗਰਮੀ ਉੱਤੋਂ ਮੈਂ ਗਰਮੀ ਜਾ ਨਹੀਂ ਸਕਦਾ ਹੈ ਦਾਣੇ ਲੈ ਕੇ ਸਾਈਕਲ 'ਤੇ। ਇਹਨੂੰ ਕੱਲ੍ਹ ਲੈ ਜਾਵਾਂਗਾ, ਕੋਈ ਇਹਨੂੰ ਪੈਂਚਰ ਲਵਾ ਕੇ ਆਵਾਂਗਾ, ਫਿਰ ਮੈਂ ਦਾਣੇ ਜੋ ਹੈ ਲੱਡ ਕੇ ਲੈ ਜਾਵਾਂਗਾ, ਪਿਸਾਵਾਂਗਾ। ਤੋ ਮੇਰੇ ਪਿਆਰੇ ਭੈਣ ਭਾਈ, ਤੁਸੀਂ ਦੇਖਦੇ ਪਿਓ ਮੇਰਾ ਚੈਨਲ, ਮੈਂ ਗਰੀਬ ਬੰਦਾ ਹਾਂ, ਕੋਈ ਥੋੜ੍ਹੀ ਥੋੜ੍ਹੀ ਮੇਰੇ ਪਿਆਰੇ ਭੈਣ ਭਾਈ ਤੁਸੀਂ ਹੈਲਪ ਕਰ ਸੋ, ਸਪੋਰਟ। ਮੇਰੀ ਸਵਾਰੀ ਵਾਲੀ ਬਹੁਤ ਮੇਰੀ ਪਰੇਸ਼ਾਨੀ ਹੈ, ਕੋਈ ਨਹੀਂ ਦਿੰਦਾ ਮੈਨੂੰ, ਨਾ ਕੋਈ ਮੋਟਰਸਾਈਕਲ ਦਿੰਦਾ ਹੈ। ਮੈਂ ਗੱਡੀ ਵੀ ਚਲਾ ਲੈਂਦਾ ਹੂੰ, ਕਾਰ ਵੀ ਚਲਾ ਲੈਂਦਾ ਹੂੰ, ਮੈਂ ਪਹਿਲੇ ਡਰਾਈਵਰੀ ਕਰਦਾ ਰਹਿ ਗਿਆ ਸੀ, ਮੋਟਰਸਾਈਕਲ ਵੀ ਮੈਂ ਚਲਾ ਲੈਂਦਾ ਹੂੰ, ਫਿਰ ਕਿਆ ਹੈ, ਤੂੰ ਮੇਰੇ ਕੋਲ ਸਵਾਰੀ ਨਹੀਂ ਹੈ, ਮੈਂ ਕਿਵੇਂ, ਕੋਈ ਦਿੰਦਾ ਨਹੀਂ, ਸਾਈਕਲ ਮੇਰੇ ਕੋਲ ਹੈਗਾ, ਮੈਂ ਸਾਈਕਲ 'ਤੇ ਜਾ ਨਹੀਂ ਸਕਦਾ, ਸੁਬਹਾ ਸੁਬਹਾ ਇਹਨੂੰ ਲੈ ਜਾਵਾਂਗਾ ਕਿੱਥੋਂ ਜੋ ਹੈ ਇਹਨੂੰ ਬਣਵਾ ਕੇ, ਫਿਰ ਦਾਣੇ ਪਿਸਾਵਾਂਗਾ, ਲਿਆਵਾਂਗਾ ਪਿਸਾ ਕੇ। ਤੋ ਮੇਰੇ ਪਿਆਰੇ ਭੈਣ ਭਾਈਓ, ਸਾਲਣ ਤੋਂ ਬਣ ਗਿਆ, ਫਿਰ ਹੁਣ ਆਟਾ ਬਸਤੀ 'ਚ ਆਵੇਗਾ ਤਾਂ ਰੋਟੀ ਪਕਾਵਾਂਗੇ, ਖਾ ਲਵਾਂਗੇ। ਤੋ ਮੇਰੇ ਪਿਆਰੇ ਭੈਣ ਭਾਈਓ, ਜਾਣੇ ਮਦੀਨੇ ਵਾਲਾ, ਤੁਸੀਂ ਮੇਰੀ ਥੋੜ੍ਹੀ ਥੋੜ੍ਹੀ ਹੈਲਪ ਕਰ ਸੋ, ਤੋ ਮਦਦ ਕਰ ਸੋ ਮੇਰੀ, ਮੈਂ ਗਰੀਬ ਬੰਦਾ ਹਾਂ, ਗਰਮੀਆਂ ਬਹੁਤ ਹੈਗੀਆਂ, ਨਾ ਕਿੱਥੇ ਮਜ਼ਦੂਰੀ ਕਰ ਸਕਦਾ ਹਾਂ। ਤੋ ਅੱਲਾ ਤਾਲਾ ਆਪਕੋ ਖੁਸ਼ ਰੱਖੇ, ਮੈਂ ਤੁਹਾਡੇ ਵਾਸਤੇ ਬਹੁਤ ਦੁਆ ਮੰਗੂੰਗਾ, ਅੱਲਾ ਤਾਲਾ ਤੁਹਾਨੂੰ ਬਹੁਤ ਦੇਵੇਗਾ। ਅੱਜ ਦੀ ਵੀਡੀਓ ਜੋ ਹੈ ਆਪਕੋ ਦਿਖਾ ਦਿੱਤੀ ਹੈ, ਤੋ ਕੱਲ੍ਹ ਫਿਰ ਨਵੀਂ ਬਣਾਵਾਂਗੇ। ਤੋ ਖੁਦਾ ਹਾਫਿਜ਼।